आम आदमी क्लिनिक 26 जनवरी नू कोडार दे नाल लगदे पिंड सरीं विच खोलिया गया। नकोदर दे नाल लगदे पिंड सरीं विच 26 जनवरी नू आम आदमी क्लिनिक खोलिया गया सी, जिस विच सरकार ने कहा सी कि इन्हां क्लिनिकां विच मरीज़ां नू हर तरह दीआं सहूलतां मिलणगीआं। पर अज जदों साडी टीम ने इस दी असलियत दी जांच कीती तां डॉक्टर ने दस्सिया कि यह क्लीनिक आई आदि दीआं दवाइयां मिल रहीआं हन पर टैसट नहीं कीते जांदे हन, जिस कारण पंजाब सरकार ते सवाल खड़े हो रहे हन। ਹਾਂਜੀ ਭਾਅ ਜੀ, ਕੀ ਨਾਮ ਜੀ? ਪਵਿੱਤਰ ਸਿੰਘ ਜੀ। ਪਵਿੱਤਰ ਜੀ, ਅੱਜ ਆਮ ਆਦਮੀ ਕਲੀਨਿਕ ਦੇ ਵਿੱਚ ਪਹੁੰਚੇ ਆ, ਕੀ ਕਹਿਣਾ ਚਾਹੋਗੇ? ਸਰਕਾਰ ਦਾ ਜਿਹੜਾ ਉਪਰਾਲਾ ਹੈਗਾ, ਕਿਸ ਤਰ੍ਹਾਂ ਲੱਗਾ ਇਹ? ਹਾਂਜੀ ਵਧੀਆ ਜੀ, ਬਹੁਤ ਸਹੀ ਹੈ ਜੀ। ਦਵਾਈਆਂ ਵਗੈਰਾ ਮਿਲ ਰਹੀਆਂ? ਹਾਂਜੀ ਟਾਈਮ ਨਾਲ ਮਿਲਦੀਆਂ ਜੀ। ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ? ਨਹੀਂ ਨਹੀਂ ਕੋਈ ਪ੍ਰੋਬਲਮ। ਠੀਕ। ਹਾਂਜੀ ਆਂਟੀ, ਕੀ ਨਾਮ ਜੀ? ਮਨਜੀਤ। ਆਂਟੀ, ਅੱਜ ਜਿਹੜਾ ਹੈਗਾ ਵਾ ਆਮ ਆਦਮੀ ਕਲੀਨਿਕ ਖੁੱਲ੍ਹੇ ਹੋਏ ਹੈਗੇ ਆ, ਕਿਸ ਤਰ੍ਹਾਂ ਦੇਖਦੇ ਹੋ? ਵਧੀਆ ਰਹੀ ਆਏ ਹੋ, ਦਵਾਈਆਂ ਮਿਲ ਰਹੀਆਂ ਜੀ, ਕੋਈ ਪ੍ਰੋਬਲਮ ਤਾਂ ਨਹੀਂ ਆਈ? ਨਹੀਂ। ਠੀਕ। ਹਾਂਜੀ ਮੈਮ, ਕੀ ਨਾਮ ਜੀ? ਮੇਰਾ ਨਾਮ ਡਾਕਟਰ ਸੀਮਾ ਹੈ। ਮੈਮ, ਜੇਕਰ ਗੱਲ ਕਰੀਏ 26 ਜਨਵਰੀ ਵਾਲੇ ਦਿਨ ਇਹ ਜਿਹੜਾ ਹੈਗਾ ਆਮ ਆਦਮੀ ਕਲੀਨਿਕ ਖੋਲਿਆ ਗਿਆ ਸੀ, ਤੇ ਅੱਜ ਜੇਕਰ ਗੱਲ ਕਰੀਏ ਤਾਂ ਇੱਥੇ ਪੇਸ਼ੈਂਟ ਵਗੈਰਾ ਵੀ ਕੋਈ ਦੇਖਣ ਨੂੰ ਮਿਲ ਨਹੀਂ ਰਿਹਾ ਹੈਗਾ, ਕਿਸ ਤਰ੍ਹਾਂ ਦੇਖਦੇ ਆ? ਪੇਸ਼ੈਂਟ ਤਾਂ ਕਾਫੀ ਹੁੰਦੇ ਆ, ਸਾਡੀ ਡੇਲੀ ਦੀ ਓਪੀਡੀ ਜਿਹੜੀ ਆ 50 ਪਲੱਸ ਹੈਗੀ ਆ, ਕਈ ਵਾਰ 70 ਵੀ ਹੁੰਦੇ ਆ, ਕਈ ਵਾਰ 80 ਤੱਕ ਵੀ ਓਪੀਡੀ ਚਲੇ ਜਾਂਦੀ ਆ, ਤੇ ਇਦਾਂ ਦਾ ਤਾਂ ਕੋਈ ਨਹੀਂ ਹੈਗਾ। ਤੇ ਟੈਸਟਿੰਗ ਵਗੈਰਾ ਦੇ ਕੀ ਹੈਗੇ ਆ ਸਿਸਟਮ ਹੈਗਾ? ਟੈਸਟਿੰਗ ਦੇਖੋ, ਹਜੇ ਤੱਕ ਸਾਨੂੰ ਜੋ ਗਾਈਡਲਾਈਨ ਆਈ ਹੈ ਹਜੇ ਤੱਕ ਟੈਸਟ ਤਾਂ ਨਹੀਂ ਸਟਾਰਟ ਹੋਈ, ਉਹ ਤਾਂ ਫਿਰ ਆਪਣੇ ਜਿਹੜੇ ਹਾਇਰ ਓਫੀਸ਼ੀਅਲ ਉਹ ਵੀ ਦੱਸ ਸਕਦੇ ਨੇ। ਹਾਂਜੀ। ਤੇ ਮੈਡੀਸਨ ਵਗੈਰਾ? ਮੈਡੀਸਨ ਦੀ ਸਾਨੂੰ ਕੋਈ ਕਮੀ ਨਹੀਂ ਹੈ, ਜਦੋਂ ਵੀ ਸਾਨੂੰ ਕੋਈ ਸਾਡੀ ਲੋੜ ਹੁੰਦੀ ਹੈ ਉਹ ਪੂਰੀ ਕੀਤੀ ਜਾਂਦੀ ਹੈ, ਮੈਡੀਸਨਸ ਜਿਹੜੀ ਆ ਸਪਲਾਈ ਬਿਲਕੁਲ ਠੀਕ ਹੈ ਆ ਰਹੀ ਹੈ।